ਪ੍ਰਾਈਮ ਇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਚ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਖਬਰਾਂ ਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਧਰਲੇ ਪਾਸੇ ਗਵਰਨਰ ਸਾਹਿਬ ਦਾ ਮਸਲਾ ਲਟਕਦਾ ਰਿਹਾ ਹੁਣ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਵੀ ਨੇ ਤੇ ਇਹ ਵੀ ਕਿਹਾ ਗਿਆ ਕਿ ਸੰਵਧਾਨਿਕ ਮੁਖੀ ਤਾਂ ਜ਼ਰੂਰ ਨੇ ਗਵਰਨਰ ਸਾਹਿਬ ਪਰ ਲੰਬੇ ਸਮੇਂ ਤੱਕ ਬਿੱਲਾਂ ਨੂੰ ਰੋਕਿਆ ਨਹੀਂ ਜਾ ਸਕਦਾ ਇਹਨਾਂ ਸਾਰੀਆਂ ਖਬਰਾਂ ਨੂੰ ਤੁਸੀਂ ਕਿਵੇਂ ਦੇਖਦੇ ਜੀ ਨੌਜੀ ਜੀ ਤਾਂ ਠੀਕ ਆਖਿਆ ਕਿ ਦੋਵਾਂ ਦਾ ਬੜਾ ਲੰਮਾ ਝਗੜਾ ਚੱਲਿਆ ਔਰ ਗਵਰਨਰ ਸਾਹਿਬ ਕਦੇ ਵੀ ਗਵਰਨਰ ਦੀ ਪੋਸਟ ਉੱਤੇ ਕੋਈ ਵਿਅਕਤੀ ਉਹ ਗੱਲਾਂ ਨਹੀਂ ਕਰਦਾ ਜਿਹੜੀਆਂ ਇਹ ਗਵਰਨਰ ਸਾਹਿਬ ਕਰਦੇ ਰਹੇ ਜੀ ਇਹ ਖੁੱਲੇ ਤੌਰ ਤੇ ਜਨਤਕ ਤੌਰ ਤੇ ਬਿਆਨ ਦਿੰਦੇ ਰਹੇ ਸਰਕਾਰ ਗੈਰ ਸੰਵਧਾਨਕ ਕੰਮ ਕਰਦੀ ਮੁੱਖ ਮੰਤਰੀ ਕਹਿੰਦਾ ਸੀ ਅਸੀਂ ਗੈਰ ਸੰਵਿਧਾਨਕ ਕੰਮ ਕੋਈ ਨਹੀਂ ਕਰ ਰਹੇ ਇਹਨੇ ਆਖਿਆ ਵਿਧਾਨ ਸਭਾ ਦਾ ਸਮਾਗਮ ਖਤਮ ਨਾ ਕਰਕੇ ਸਮੇਟਦੇ ਹੈ ਨਹੀਂ ਗਏ ਤੇ ਉਹ ਮੋੜ ਮੁੜ ਕੇ ਮਲਤਵੀ ਕਰਕੇ ਸੱਦੀ ਜਾਂਦੇ ਗਲਤ ਕਰਦੇ ਇਹ ਕਹਿੰਦੇ ਸੀ ਇਹ ਚ ਕੋਈ ਗਲਤ ਨਹੀਂ ਅਖੀਰ ਜਿਹੜਾ ਉਹਨੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਚ ਅੰਦਰ ਸੁਪਰੀਮ ਕੋਰਟ ਦੇ ਫੈਸਲੇ ਵੀ ਪੜ ਕੇ ਸੁਣਾਤੇ ਦੋ ਕਿ ਇਸ ਤਰ੍ਹਾਂ ਕਰਨਾ ਸੰਵਿਧਾਨ ਦੇ ਖਿਲਾਫ ਨਹੀਂ ਤੇ ਕਾਂਗਰਸੀ ਸਰਕਾਰ ਵੇਲੇ ਦੇ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਬ੍ਰਹਮ ਮੰਤਰੀ ਅਮਿੰਦਰਾ ਦੀ ਚਿੱਠੀ ਵੀ ਉਖਾਤੀ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕੋਈ ਗਲਤੀ ਨਹੀਂ ਉਹਦੇ باوجود ਗਵਰਨਰ ਸਾਹਿਬ ਆਪਣੀ ਥਾਂ ਖੜੇ ਸੀ ਇਹ ਚਲੇਗਾ ਸੁਪਰੀਮ ਕੋਰਟ ਸੁਪਰੀਮ ਕੋਰਟ ਚ ਫੈਸਲਾ ਹੋ ਗਿਆ ਕਿ ਕੋਈ ਗੈਰ ਸੰਵਿਧਾਨਿਕ ਨਹੀਂ ਨਾਲ ਸੁਪਰੀਮ ਕੋਰਟ ਨੇ ਆਖਿਆ ਕਿ ਇੱਕੋ ਸਮਾਗੋਂ ਸਾਰਾ ਸਾਲ ਚਲਾਉਣਾ ਠੀਕ ਨਹੀਂ ਤੁਸੀਂ ਬਜਟ ਸੈਸ਼ਨ ਮੌਨਸਨ ਸੈਸ਼ਨ ਵਿੰਟਰ ਸੈਸ਼ਨ ਤਿੰਨ ਕਰਿਆ ਕਰੋ ਇਹ ਕਹਿੰਦੇ ਜੀ ਅਸੀਂ ਕਰਨ ਨੂੰ ਤਿਆਰ ਹਾਂ ਗਵਰਨਰ ਨੇ ਮਨਜ਼ੂਰੀ ਨਹੀਂ ਦੇਣੀ ਉਹ ਕੰਤ ਤੁਸੀਂ ਕਰੋ ਫਿਰ ਉਥੇ ਗਵਰਨਰ ਦੇ ਅਧਿਕਾਰਾਂ ਦੀ ਗੱਲ ਚੱਲੀ ਤੇ ਜਿਹੜੇ ਉਹਨੇ ਬਿੱਲ ਰੋਕ ਕੇ ਸੀ ਉਹਦੀ ਗੱਲ ਚੱਲੀ ਉਸ ਦਿਨ ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਸੀ ਗਵਰਨਰ ਦੇ ਖਿਲਾਫ ਇਹ ਵੀ ਆਖਿਆ ਸੀ ਗਵਰਨਰ ਬਨਵਾਰੀ لال ਪ੍ਰੋਹ ਅਗ ਨਾਲ ਨਾ ਖੜੇ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਦੋ ਤਿੰਨ ਬਿੱਲ ਪਾਸ ਕਰ ਦਿੱਤੇ ਤੇ ਮਗਰੋਂ ਇਹ ਚਰਚਾ ਸੀ ਕਿ ਗਵਰਨਰ ਸਾਹਿਬ ਬਾਕੀ ਬਿੱਲ ਰੋਕ ਕੇ ਇਸ ਕਰਕੇ ਬੈਠੇ ਹਨ ਕਿ ਸੁਪਰੀਮ ਕੋਰਟ ਨੇ ਜੇ ਜ਼ੁਬਾਨੀ ਫੈਸਲਾ ਦਿੱਤਾ ਲਿਖਤੀ ਫੈਸਲਾ ਤੇ ਆਇਆ ਨਹੀਂ ਲਿਖਤੀ ਫੈਸਲਾ ਜਦੋਂ ਆਊਗਾ ਵੈਬਸਾਈਟ ਤੇ ਅਪਲੋਡ ਹੋਊਗਾ ਫਿਰ ਪਤਾ ਲੱਗੂਗਾ ਕਿ ਅਸਲ ਚ ਸੁਪਰੀਮ ਕੋਰਟ ਕੀ ਕਹਿੰਦੀ ਹੈ ਕੱਲ ਉਹ ਫੈਸਲਾ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੋ ਗਿਆ ਉਹਦੇ ਹੋਣ ਤੋਂ ਬਾਅਦ ਜਦੋਂ ਪੜਿਆ ਗਿਆ ਤਾਂ ਉਹਦੇ ਚ ਬੜਾ ਸਪਸ਼ਟ ਆਖਿਆ ਗਿਆ ਕਿ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਵਿੱਚ ਚੁਣੇ ਹੋਏ ਸਰਕਾਰ ਜਿਹੜੀ ਹੈ ਸਰਕਾਰ ਚਲਾਉਣਾ ਉਹਦਾ ਕੰਮ ਹੈ ਗਵਰਨਰ ਦਾ ਨਹੀਂ ਗਵਰਨਰ ਸਿਰਫ ਤੇ ਸਿਰਫ ਇੱਕ ਸੰਕੇਤਕ ਮੁਖੀ ਆ ਸਿੰਬਾਲਿਕ ਹੈਡ ਹੈ ਤਬਦੂ ਕੁਛ ਨਹੀਂ ਜੀ ਉਹ ਆਪਣੇ ਆਪ ਨੂੰ ਸਰਕਾਰ ਨਾ ਸਮਝੇ ਉਹ ਰਾਸ਼ਟਰਪਤੀ ਦਾ ਨਾਮਜਿਤ ਕੀਤਾ ਵਿਅਕਤੀ ਆ ਨਮਾਇੰਦਾ ਆ ਉਹ ਸਰਕਾਰ ਨਹੀਂਗਾ ਜਿਹੜੀ ਅੱਗੇ ਕਸਰ ਰਹਿ ਗਈ ਸੀ ਇਹ ਫੈਸਲਾ ਲਿਖਤੀ ਤੌਰ ਤੇ ਆਉਣ ਤੋਂ ਬਾਅਦ ਨਿਕਲ ਗਈ ਤੇ ਹੁਣ ਗਵਰਨਰ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਸੁਪਰੀਮ ਕੋਰਟ ਕੀ ਕਹਿੰਦੀ ਉਹਨਾਂ ਨੇ ਬੜਾ ਸਾਫ਼ ਆਖਿਆ ਕਿ ਗਵਰਨਰ ਸਾਹਿਬ ਬਿੱਲਾਂ ਨੂੰ ਰੋਕ ਨਹੀਂ ਸਕਦੇ ਜਿਹੜਾ ਕੋਲ ਕੋਈ ਅਧਿਕਾਰ ਨਹੀਂ ਸਾਨੂੰ ਪਤਾ ਕਿ ਤਾਮਿਲਨਾਡੂ ਦੇ ਮਾਮਲੇ ਵਿੱਚ ਕੀ ਹੋਇਆ ਸੀ ਕੇਰਲਾ ਦੇ ਮਾਮਲੇ ਵਿੱਚ ਕੀ ਹੋਇਆ ਉਹਨਾਂ ਦੋਵਾਂ ਦੇ ਮਾਮਲੇ ਵਿੱਚ ਪੰਜਾਬ ਵਾਲੇ ਫੈਸਲੇ ਤੋਂ ਬਾਅਦ ਬਹਿਸ ਹੋਈ ਸੀ ਸੁਪਰੀਮ ਕੋਰਟ 'ਚ ਤੇ ਆਖਿਆ ਗਿਆ ਕਿ 2020 ਦੇ ਬਿੱਲ ਲਟਕਾ ਕੇ ਬਿਠਾ ਤਾਮਿਲਨਾਡੂ ਦਾ ਗਵਰਨਰ ਉਹ ਇਹਨਾਂ ਨੂੰ ਕਿਸੇ ਰੇ ਕਿਉਂ ਨਹੀਂ ਲਾਉਂਦਾ ਕੇਂਦਰ ਸਰਕਾਰ ਦਾ ਵਕੀਲ ਆਇਆ ਸੀ ਗਵਰਨਰ ਵੱਲੋਂ ਉਹਨੇ ਆਖਿਆ ਜੀ ਇੱਥੇ ਗਵਰਨਰਰੀ 2021 'ਚ ਆਇਆ ਉਨਾਖ 21 ਚ ਸੀ ਹੁਣ ਤੱਕ 23 ਆ ਗਨ 25 ਲੋਕ ਗਵਰਨਰ ਦੇ ਕੀਤਾ ਕਿ ਹੁਣ ਤੱਕ ਇਹਦਾ ਜਵਾਬ ਨਾ ਕੋਈ ਕੋਈ ਨਹੀਂ ਉੱਥੇ ਫਿਰ ਉਹਨਾਂ ਨੇ ਆਖਿਆ ਕਿ ਗਵਰਨਰ ਦੇ ਕੋਲ ਰਸਤਾ ਇਹ ਹੈ ਕਿ ਜਾਂ ਤਾਂ ਉਹ ਬਿੱਲ ਪਾਸ ਕਰੇ ਜਾਂ ਰਾਸ਼ਟਰਪਤੀ ਨੂੰ ਭੇਜ ਦੇ ਕਿ ਮੇਰੇ ਪਲੇ ਨਹੀਂ ਪੈਂਦਾ ਤੁਸੀਂ ਦੱਸੋ ਕੀ ਕਰੀਏ ਉਹ ਆਪੇ ਕੇਂਦਰ ਸਰਕਾਰ ਤੋਂ ਪੁੱਛ ਕੇ ਦੱਸੋ ਤੇ ਜੇ ਦੋਵੇਂ ਗੱਲਾਂ ਨਹੀਂ ਕਰਨੀਆਂ ਤੇ ਰਾਜ ਸਰਕਾਰ ਜਿਹੜੀ ਉਹਨੂੰ ਵਾਪਸ ਕਰ ਦੇ ਤਾਮਿਲਨਾਡੂ ਸਰਕਾਰ ਨੂੰ ਮੋੜ ਦੇਵੇ ਉਹਨਾਂ ਕਹੇ ਜੀ ਮੋੜ ਤੇ ਦਿੱਤਾ ਤਮਿਲਨਾਡੂ ਸਰਕਾਰ ਦੇ ਵਕੀਲ ਨੇ ਆਖਿਆ ਜੀ ਮੋੜ ਦਿੱਤਾ ਪਰ ਉੱਤੇ ਲਿਖਿਆ ਕੱਖ ਨਹੀਂ ਇਹ ਲਿਖਤਾ ਮੈਂ ਵਾਪਸ ਕਰ ਰਿਹਾ ਉਹਦੇ ਲਈ ਜ਼ਰੂਰੀ ਹੈ ਦੱਸੇ ਕਿ ਇਹ ਬਿੱਲ ਗਲਤੀਆਂ ਤਾਂ ਵਾਪਸ ਕਰ ਰਿਹਾ ਜਾਂ ਇਹਦੇ ਵਿੱਚ ਕੋਈ ਸੋਧ ਦੀ ਗੁੰਜਾਇਸ਼ ਦੀ ਲੋੜ ਆ ਤੇ ਤੂੰ ਤਾਂ ਕਰ ਰਿਹਾ ਜਾਂ ਉਹ ਆਖੇ ਕਿ ਮੇਰੇ ਪੱਲੇ ਨਹੀਂ ਪੈਂਦਾ ਤੁਸੀਂ ਕੀ ਲਿਖਿਆ ਮੈਂ ਤਾਂ ਵਾਪਸ ਕਰ ਰਿਹਾ ਜਾਂ ਕਵੇ ਸੰਵਿਧਾਨ ਦੇ ਖਿਲਾਫ ਹੈ ਕੁਝ ਨਾ ਕਰੇ ਉਹਨੇ ਕੁਝ ਵੀ ਨਹੀਂ ਕੀਤਾ ਉਹਨੇ ਤਾਂ ਵਾਪਸ ਕਰਤਾ ਫਿਰ ਉਹ ਕਹਿੰਦੇ ਵੀ ਅਸੀਂ ਵਿਧਾਨ ਸਭਾ ਚ ਦੋਰੀ ਵਾਰੀ ਪਾਸ ਕੀਤਾ ਤੇ ਹੁਣ ਉੱਥੇ ਜਾਓ। ਉੱਥੇ ਫਿਰ ਬਹਿਸ ਹੋਈ ਕਿ ਹੁਣ ਦੁਬਾਰਾ ਗਿਆ ਤੇ ਗਵਰਨਰ ਫਿਰ ਰੋਕ ਲੂ। ਤਾਮਿਲਨਾਡੂ ਸਰਕਾਰ ਦੇ ਵਕੀਲ ਨੇ ਆਖਿਆ ਜੀ ਇਹ ਸੰਵਿਧਾਨ ਚ ਸਾਫ਼ ਲਿਖਿਆ। ਉਹ ਇੱਕ ਵਾਰ ਮੋੜ ਸਕਦਾ ਦੋ ਵਾਰੀ ਨਹੀਂ। ਦੂਸਰੀ ਵਾਰੀ ਜਦੋਂ ਵਿਧਾਨ ਸਭਾ ਚ ਪਾਸ ਹੋ ਕੇ ਚਲਾ ਜਾਵੇ। ਗਵਰਨਰ ਨੂੰ ਉਹ ਪਾਸ ਹੀ ਕਰਨਾ ਪਊਗਾ ਫਿਰ ਉਹਨੂੰ ਰੋਕ ਨਹੀਂ ਸਕਦਾ। ਕਹਿੰਦੇ ਰਾਸ਼ਟਰਪਤੀ ਨੂੰ ਭੇਜ ਦੀ ਉਹ ਕਹਿੰਦੇ ਰਾਸ਼ਟਰਪਤੀ ਨੂੰ ਉਦੋਂ ਭੇਜ ਸਕਦਾ ਜਦੋਂ ਉਹ ਆਖੇ ਕਿ ਮੇਰੇ ਪੱਲੇ ਨਹੀਂ ਪੈਂਦਾ। ਜਦੋਂ ਇੱਕ ਵਾਰੀ ਕਹਿ ਚੁੱਕਾ ਕਿ ਮੇਰੀ ਆ رائے ਆ ਤੇ ਵਾਪਸ ਕਰ ਚੁੱਕਾ ਹੁਣ ਰਾਸ਼ਟਰਪਤੀ ਨੂੰ ਭੇਜੰਦਾ ਰਾਬ ਵੀ ਉਹਨੇ ਬੰਦ ਕਰ ਲਿਆ ਜੀ ਇਹ ਸਾਰੀਆਂ ਗੱਲਾਂ ਤਾਮਿਲਨਾਡੂ ਤੇ ਕੇਰਲਾ ਦੇ ਮਾਮਲੇ ਚ ਹੋ ਚੁੱਕੀਆਂ ਸੀ ਸਾਡੇ ਪੰਜਾਬ ਦੇ ਗਵਰਨਰ ਬਨਵਾਰੀਲਾ ਪ੍ਰੋਹਤ ਉਹਦਾ ਤਾਂ ਬੜੇ ਮਾਣ ਨਾਲ ਸਿਰ ਉੱਚਾ ਕਰਕੇ ਕਹਿੰਦੇ ਮੈਂ ਤਿੰਨ ਸੂਬਿਆਂ ਦਾ ਗਵਰਨਰ ਰਹਿ ਚੁੱਕਾ ਮੈਨੂੰ ਸੰਵਿਧਾਨ ਦਾ ਸਾਰਾ ਪਤਾ ਪਰ ਇਸ ਮਾਮਲੇ ਚ ਇਹ ਨਹੀਂ ਪਤਾ ਕਿ ਸੁਪਰੀਮ ਕੋਰਟ ਕੀ ਕਹਿੰਦੀ ਹੈ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਚਾਹੀਦਾ ਸੀ ਕਿ ਜੇ ਪਹਿਲਾਂ ਨਹੀਂ ਜਦੋਂ ਸੁਪਰੀਮ ਕੋਰਟ ਨੇ ਉਸ ਦਿਨ ਕਹਿਤਾ ਸੀ ਗਵਰਨਰ ਸਾਹਿਬ ਅੱਗ ਨਾਲ ਨਾ ਖੇਡੋ ਉਦੋਂ ਹੀ ਅਕਲਮੰਦੀ ਵਾਲੇ ਪਿੰਡ ਦੀ ਸੜਕੇ ਤੁਰ ਪਿੰਦੇ ਇਹੋ ਤੋਂ ਬਾਦਰੂਡੀ ਕਾਪਾਗੇ ਬੈਠੇ ਅਖੀਰ ਨੂੰ ਉਹ ਕੁਝ ਹੋ ਗਿਆ ਜਿਹੜਾ ਆਖਰ ਹੋਣਾ ਹੀ ਸੀ ਤੇ ਉਹ ਸੁਪਰੀਮ ਕੋਰਟ ਨੇ ਸਪੱਸ਼ਟ ਸ਼ਬਦਾਂ ਚ ਕਹਿਤਾ ਜੀ ਕਿ ਤੁਸੀਂ ਸਰਕਾਰ ਨੇ ਰਾਸ਼ਟਰਪਤੀ ਦੇ ਥਾਪੇ ਹੋਏ ਨਾਮਜ਼ਦ ਕੀਤੇ ਇੱਕ ਸੰਕੇਤਮੁਖੀ ਆ ਸੰਕੇਤਕ ਮੁਖੀ ਤੋਂ ਬਾਅਦ ਤੁਹਾਡੀ ਕੋਈ ਤਾਕਤ ਨਹੀਂ ਜੀ ਉਹਦੇ ਨਾਲ ਸਾਰਾ ਕੁਝ ਕਲੀਅਰ ਹੋ ਗਿਆ ਉਹਨਾਂ ਨੂੰ ਕੰਮ ਕਰਨਾ ਪੋਈ ਡੈਨ ਨਹੀਂ ਕਰ ਰਹੇ ਪਰ ਸਭ ਅੱਗੇ ਵੱਧਦੇ ਆਂ ਗੱਲ ਕਰਨੀ ਹੈ ਪੰਜਾਬ ਦੀ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੀ ਜਿਹਦੇ ਪਲਾਟਾਂ ਦੀ ਅਲਾਟਮੈਂਟ ਵਿੱਚ ਇੱਕ ਕਪੜਾ ਸਾਹਮਣੇ ਆਇਆ ਲੰਬੇ ਸਮੇਂ ਤੋਂ ਕਹਿੰਦੇ ਇਹ ਸਾਰਾ ਕੁਝ ਕਪੜਾ ਹੋ ਰਿਹਾ ਸੀਗਾ ਤੇ ਫਿਰ ਜਾਂਚ ਇਹਦੀ ਕਿਉਂ ਨਹੀਂ ਹੋਈ ਤੇ ਮਾਮਲਾ ਪੂਰਾ ਕੀ ਆ ਪੰਸਾ ਮਾਮਲਾ ਇਹ ਹੈ ਕਿ ਹੁਣ ਤੋਂ ਸਾਡੇ 5 ਸਾਲ ਪਹਿਲਾਂ ਸਾਲ 2018 ਚ ਅਪ੍ਰੈਲ ਚ ਪਲਾਟਾਂ ਦੇ ਅਲਾਟਮੈਂਟ ਹੋਈ ਤੇ 20 ਪਲਾਟ ਇਹੋ ਜਿਹੇ ਅਲਾਟ ਕੀਤੇ ਗਏ ਜਿਹੜੇ ਲੋਡ ਬੰਦਾ ਨੂੰ ਜਿਹੜੇ ਐਪਲੀਕੈਂਟਸ ਹਨ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਅਰਜ਼ੀਆਂ ਦਿੱਤੀਆਂ ਸੀ ਉਹਨਾਂ ਨੂੰ ਨਹੀਂ ਅਲਾਟ ਕੀਤੇ ਗਏ ਜਿਹੜੀ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਹੈ ਪੰਜਾਬ ਸਰਕਾਰ ਦੀ ਜਿਹੜੀ ਕਾਰਪੋਰੇਸ਼ਨ ਹੈ ਅਲਾਟਮੈਂਟਾਂ ਕਰਦੀ ਹੈ ਉਸ ਕਾਰਪੋਰੇਸ਼ਨ ਦੇ ਵਿੱਚ ਬੈਠੇ ਬੰਦਿਆਂ ਨੇ ਆਪੋ ਵਿੱਚ ਇੱਕ ਦੂਸਰੇ ਦੀ ਮਦਦ ਕਰਤੀ ਉਹਦੀ ਫਾਈਲ ਉਹਨੇ ਕਲੀਅਰ ਕਰਤੀ ਉਹਦੀ ਫਾਈਲ ਉਹਨੇ ਕਲੀਅਰ ਕਰਤੀ ਤੇ ਆਪੋਚ ਕਰ ਕਰਾ ਕੇ ਵੰਡ ਮਡਾਈ ਕਰ ਲਈ ਜੀ ਹੁਣ ਕਿਸੇ ਨੇ ਜਾ ਕੇ ਹਾਈ ਕੋਰਟ ਦੇ ਚਰਜੀ ਦੇਤੀ ਉਹਦੀ ਸੁਣਵਾਈ ਹੋਈ ਹੈ ਅਪ੍ਰੈਲ 2018 ਚ ਉਹ ਸਰਕਾਰ ਸੀ ਜਿਹਦਾ ਮੁਖੀ ਆਪਣੇ ਦਫਤਰ ਚ ਨਹੀਂ ਸੀ ਆਉਂਦਾ ਹੁੰਦਾ ਉਹਨੇ ਹਰ ਕੰਮ ਵਕਤੇ ਚੀਰਮੈਨ ਲਾਇਆ ਸੀ ਤੇ ਚੀਰਮੈਨ ਟੋਕਰੀਆਂ ਭਰਦੇ ਸੀ ਨੋਟਾਂ ਦੀਆਂ ਅਫਸਰ ਲਾਇਏ ਸੀ ਸਰਕਾਰ ਤੇ ਰੌਣ ਵਾਸਤੇ ਕੁਝ ਮੌਕੇ ਦੇ ਅਫਸਰ ਕੁਝ ਰਿਟਾਇਰਡ ਅਫਸਰ ਵੀ ਵਿੱਚ ਬਿਠਾਏ ਸੀ ਕੋਈ ਪਤਾ ਹੀ ਨਹੀਂ ਸੀ ਕੌਣ ਕਿਧਰੋਂ ਕਦਰ ਕਰੀ ਜਾਂਦਾ ਤੇ ਜਿਹੜੀ ਸਰਕਾਰ ਸੀ ਸਰਕਾਰ ਦਾ ਮੁਖੀ ਸੀਤਾਫਲ ਦੇ ਟੋਕਰੇ ਗਣਦਾ ਸੀ ਤੇ ਟੋਕਰਿਆਂ ਦੀ ਰਾਖੀ ਵਾਸਤੇ ਕਮਾਂਡੋ ਅਪਾਇੰਟ ਕਰ ਦਿੰਦਾ ਹੈ ਕਿ ਐਨੇ ਇੱਕ ਬਲੈਕ ਕਟ ਕਮਾਂਡੋ ਲਾ ਦਿਓ ਕਿਤੇ ਵਿੱਚੋਂ ਇੱਕ ਅਦਾ ਸੀਤਾਫਲ ਚੋਰੀ ਨਾ ਹੋ ਜਾਂਦਾ ਹੋਵੇ ਜੀ ਉਹ ਸਰਕਾਰ ਦੇ ਦੌਰਾਨ ਅਲਾਟਮੈਂਟਾਂ ਹੁਣ ਉਹ ਗੱਲ ਨਿਕਲ ਆਈ ਹੈ ਸਾਹਮਣੇ ਕਿ ਅਲਾਟਮੈਂਟਾਂ ਜਿਨ੍ਹਾਂ ਨੂੰ ਹੋਣੀਆਂ ਚਾਹੀਦੀਆਂ ਸੀ ਜਿਨ੍ਹਾਂ ਨੇ ਇੰਡਸਟਰੀ ਲਾਉਣੀ ਸੀ ਉਹਨਾਂ ਨੂੰ ਨਹੀਂ ਹੋਈਆਂ ਤੇ ਹੋ ਗਿਆ ਉਹਨਾਂ ਨੂੰ ਜਿਹੜਾ ਕੋਈ ਉਸ ਕਾਰਪੋਰੇਸ਼ਨ ਚ ਮੈਨੇਜਰ ਸੀ ਚੀਫ ਮੈਨੇਜਰ ਸੀ ਕੁਚੇ ਮੈਨਸ ਸੀ ਉਹਦੇ ਰਿਸ਼ਤੇਦਾਰਾਂ ਨੂੰ ਇੰਨਾ ਸਰਿਆਂ ਨੂੰ ਹੋ ਗਿਆ ਅੱਗੇ ਇਸੇ ਤਰ੍ਹਾਂ ਦਾ ਇੱਕ ਕੇਸ ਹਰਿਆਣੇ 'ਚ ਨਿਕਲਿਆ ਸੀ ਜਿਹਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 9.5 ਸਾਲ ਦਬਕੇ ਰੱਖਿਆ ਤੇ ਹੁਣ ਉਹ ਕੱਢਦੀ ਫਿਰਦੀ ਉਹ ਸੀਗਾ ਕਾਂਗਰਸੀ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਦੇ ਉਹਦੀ ਸਰਕਾਰ ਦੇ ਵਕਤ ਦਾ ਉਹਦੀ ਸਰਕਾਰ ਵੀ 10 ਸਾਲ ਚੱਲੀ ਸੀ ਜਿਦੋਂ ਹੋਰੀ ਲਗਾਤਾਰ 5-5 ਸਾਲ ਉਦੋਂ ਉਹਨਾਂ ਨੇ ਮਰਜ਼ੀ ਕੀਤੀ ਸੀ ਉਹਨਾਂ ਦੇ ਵਕਤ ਪਲਾਟਾਂ ਦੇ ਅਲਾਟਮੈਂਟ ਹੋਈ ਜਿਹੜਾ ਇਹਦਾ ਨਿੱਜੀ ਸਹਾਇਕ ਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਘੋੜਾ ਦਾ ਉਹਦੀ ਸਾਲੀ ਨੂੰ ਵੀ ਪਲਾਟ ਰਾਟ ਹੋ ਗਿਆ ਉਹਦੀ ਸਾਲੇ ਹਰ ਨੂੰ ਵੀ ਹੋ ਗਿਆ ਜਿਹੜਾ ਉਹਦੇ ਨਾਲ ਸਪੈਸ਼ਲ ਡਿਊਟੀ ਅਫਸਰ ਸੀ ਸਪੈਸ਼ਲ ਡਿਊਟੀ ਅਫਸਰ ਵੀ ਕਰਨੇ ਸਾਰੇ ਹੁੰਦੇ ਉਹਦੇ ਪਰਿਵਾਰ ਦੇ ਵਿੱਚ ਤਿੰਨ ਚਾਰ ਜੀਆਂ ਨੂੰ ਅਲਾਟਮੈਂਟ ਹੋ ਗਏ ਜਿਹੜੇ ਦੋ ਤਿੰਨ ਬੰਦੇ ਹੋਰ ਖੰਬੇ ਸਜੇ ਦਲਾਲੀ ਕਰਨ ਵਾਸਤੇ ਰੱਖੇ ਸੀ ਉਹਨਾਂ ਨੂੰ ਵੀ ਅਲਾਟਮੈਂਟ ਹੋ ਗਏ ਨਤੀਜਾ ਕੀ ਨਿਕਲਿਆ ਕਿ ਸਾਰੀਆਂ ਅਲਾਟਮੈਂਟਾਂ ਘਰ ਚ ਹੋਈਆਂ ਸੀ ਇੰਡੀਆ ਨੈਕਸਪ੍ਰੈਸ ਅਖਬਾਰ ਨੇ ਖਬਰ ਛਾਪ ਦਿੱਤੀ ਰੌਲਾ ਪੈ ਗਿਆ ਉਹਨੇ ਚੋਣਾਂ ਚ ਚੋਣਾ ਆ ਗਿਆ ਚੋਣਾ ਚ ਬਹੁਤ ਖੇਡਦੀ ਉਹਨਾਂ ਚ ਇੱਕ ਦੋ ਪਲਾਟਾਂ ਦੇ ਅਲਾਟਮੈਂਟ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੜਾ ਦੇ ਰਿਸ਼ਤੇਦਾਰਾਂ ਨੂੰ ਵੀ ਹੋਣ ਦੀ ਚਰਚਾ ਸੀ ਸੱਚ ਕੀ ਮੰਨ ਨਹੀਂ ਪਤਾ ਇਹਦੇ ਤੋਂ ਪਹਿਲਾਂ ਮੁੰਬਈ ਚ ਆਦਰਸ਼ ਸੁਸਾਇਟੀ ਘਟੜਾ ਹੋਇਆ ਸੀ ਸਮੁੰਦਰ ਦੇ ਕੰਢੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਲੈ ਕੇ ਉਹਦੇ ਉੱਤੇ ਮਲਟੀ ਸਟੋਰੀ ਬਿਲਡਿੰਗ ਬਣਾਤੀ ਗਈ ਆਖਿਆ ਇਹ ਕਿ ਕਾਰਗਿਲ ਦੀ ਜੰਗ ਦੇ ਜਿਹੜੇ ਹੀਰੋ ਆ ਉਹਨਾਂ ਨੂੰ ਜਾਂ ਉਸ ਜੰਗ ਦੇ ਜਿਹੜੇ ਸ਼ਹੀਦ ਹੈ ਉਹਨਾਂ ਦੇ ਪਰਿਵਾਰਾਂ ਨੂੰ ਦੇਣੀ ਕੀਮਤ ਕਿ ਰੱਖੀ 8 ਕਰੋੜ ਰੁਪਇਆ ਫਲੈਟ ਦੀ ਕੀਮਤ ਸੀ ਆਖਿਆ ਜਿਹੜੇ ਕਾਰਗਿਲ ਜੰਗ ਦੇ ਹੀਰੋ ਜਾਂ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨੂੰ 80 ਰੱਖ ਵਿੱਚ ਜਾਂ ਦਿਆਂਗੇ ਯਾਨੀ ਪੂਰਾ ਰੁਪਇਆ ਸਿਰਫ 10 ਪੈਸਿਆਂ ਵਿੱਚ ਦਿਆਂਗੇ ਦਸਵੇਂ ਹਿੱਸੇ 'ਚ ਉਹ ਦਿਆਂਗੇ ਜੀ ਜਦੋਂ ਅਲਾਟਮੈਂਟਾਂ ਦਾ ਰੋਲਾ ਪਿਆ ਪਤਾ ਲੱਗਾ ਉਹ ਬਿਲਡਿੰਗ ਬਣਾਉਣ ਲੱਗੇ ਆ ਥਾਂ ਐਕਵਾਇਰ ਕਰ ਲਈਆਂ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਉਹ ਨਜਾਇਜ਼ ਬਣੀ ਸਮੁਦਰੀ ਭੋਇਣੀ ਆਖਿਆ ਕਿ ਇੱਥੇ ਤੇ ਬਣਾ ਹੀ ਨਹੀਂ ਜਾ ਸਕਦੀ ਇੱਥੇ ਬਣਾਤੀ ਹੈ ਸਮੁੰਦਰ ਕੰਡਾ ਇੱਥੇ ਸਾਡੇ ਸਿਕਿਉਰਿਟੀ ਦਾ ਸਵਾਲ ਹੈ ਪਰ ਉਸ ਕੰਡੇ ਦਾ ਜਿਹੜਾ ਉਸ ਵਕਤ ਦਾ ਰੀਅਰ ਐਡਮਿਰਲ ਸੀਗਾ ਨਵੀ ਦਾ ਇੱਕ ਫਲੈਟ ਉਹਨੇ ਵੀ ਲਿਆ ਸੀ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਸੀ ਉੱਥੇ ਇੱਕ ਫਲੈਟ ਉਹਨੇ ਲਿਆ ਸੀ ਜਿਹੜਾ ਮੇਅਰ ਸੀ ਇੱਕ ਪਲਾਟ ਉਹਨੇ ਲਿਆ ਸੀ ਜਿਹੜਾ ਡਿਪਟੀ ਕਮਿਸ਼ਨਰ ਸੀ ਇੱਕ ਪਲਾਟ ਉਹਨੇ ਲਿਆ ਸੀ ਮੁੱਖ ਮੰਤਰੀ ਮੌਜੂਦਾ ਜਿਹੜਾ ਸੀ ਉਹਨੇ ਉਹਦੀ ਸਾਲੇ ਯਾਰ ਨੇ ਉਹਦੀ ਸਾਲੀ ਨੇ ਉਹਦੇ ਘਰ ਦੇ ਵਿੱਚ ਤਿੰਨ ਫਲੈਟ ਗਏ ਸੀ ਸਾਬਕਾ ਮੁੱਖ ਮੰਤਰੀ ਦੋ ਸੀ ਉਹਨਾਂ ਦੇ ਘਰ ਵਿੱਚ ਵੀ ਇੱਕ ਇੱਕ ਫਲੈਟ ਗਿਆ ਸੀ ਆਪੋ ਸਾਰਿਆਂ ਨੇ ਇਦਾਂ ਦੀ ਵੰਡ ਕੀਤੀ ਸੀ ਜਿਹੜੀ ਕਰਨੀ ਨਹੀਂ ਸੱਚਾਈ ਦੀ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਫੌਜ ਦੇ ਤਿੰਨ ਸਾਬਕਾ ਮੁਖੀ ਉਹਨਾਂ ਨੇ ਵੀ ਫਲੈਟ ਲੈ ਤੇ ਫਲੈਟ ਲੈਣ ਲੱਗਿਆ ਲਿਖ ਕੇ ਦੇਣਾ ਚਾਹੀਦਾ ਸੀ ਡੋਮਿਸਾਈਲ ਸਰਟੀਫਿਕੇਟ ਦੇਣਾ ਪੈਂਦਾ ਸੀ ਕਿ ਅਸੀਂ ਪਿਛਲੇ 3 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਡੇ ਕੋਲ ਉੱਤੇ ਮਕਾਨ ਹੈ ਨਹੀਂ ਤੇ ਉਹ ਤਿੰਨੇ ਕਦੇ ਮੁੰਬਈ 'ਚ ਰਹੇ ਹੀ ਨਹੀਂ ਸੀ ਸਾਡੀ ਫੌਜ ਦੇ ਜਰਨਲ ਝੂਠੇ ਸਰਟੀਫਿਕੇਟ ਦੇ ਕੇ ਵੀ ਲੈਂਦੇ ਰਹਿ ਉਹਨਾਂ ਨੇ ਵੀ ਉੱਥੇ ਲੈ ਲੈ ਆਪਣੇ ਆਪ ਨੂੰ ਕਾਰਗਿਲ ਜੰਗ ਦੇ ਹੀਰੋ ਕਹਿ ਕੇ ਜਿਹੜੇ 에ਅਰ ਫੋਰਸ ਜਾਂ ਨੇਵੀ ਨਾਲ ਸੰਬੰਧਿਤ ਸੀ ਕਦੇ ਕਾਰਗਿਲ ਵੱਲ ਗਏ ਹੀ ਨਹੀਂ ਪਿਛੇ ਡਿਊਟੀਆਂ ਸੀ ਜੀ ਘਰੇ ਬੈਠੇ ਹੀਰੋ ਬਣ ਗਏ ਉਹ ਵੀ ਅਲਾਟਮੈਂਟ ਦਾ ਸੀ ਇੱਥੇ ਕਿਹੜੇ ਥਾਂ ਤੇ ਨਹੀਂ ਹੋਈਆਂ ਹੁਣ ਇਹ ਜਿਹੜੀ 2018 ਦੇ ਅਲਾਟਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਦੀ ਆ ਉਹ ਅਲਾਟਮੈਂਟਾਂ ਦਾ ਰੌਲਾ ਪੈ ਗਿਆ ਤੇ ਹਾਈ ਕੋਰਟ ਚਲਾ ਗਿਆ ਤੇ ਹਾਈ ਕੋਰਟ ਨੇ ਮੌਜੂਦਾ ਸਰਕਾਰ ਨੂੰ ਆਖਿਆ ਤੁਸੀਂ ਜਵਾਬ ਦਿਓ ਕੀਤੀਆਂ ਕਤਰੀਆਂ ਉਹਨਾਂ ਦੀਆਂ ਜਵਾਬ ਇਸ ਸਰਕਾਰ ਨੂੰ ਦੇਣਾ ਪੈ ਰਿਹਾ ਮੈਂ ਸਦਾ ਠੋਕ ਕੇ ਦੇਣਾ ਚਾਹੀਦਾ ਕਿ ਚ ਫੁਲਾਣੇ ਫੁਲਾਣੇ ਜਿਨ੍ਹਾਂ ਨੇ ਚਵਲ ਪੁਣਾ ਕੀਤਾ ਉਹਨਾਂ ਦਾ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ ਜੀ ਪੰਸਵੇਖਾ ਪਰ ਹੋਰ ਸਾਹਮਣੇ ਆ ਰਿਹਾ ਕਿ 골ਡਨ ਫੋਰੈਸਟ ਨਾਮ ਦੀ ਕੰਪਨੀ ਹੈ ਤੇ ਉਹਦੀ ਜ਼ਮੀਨ ਪੰਜਾਬ ਸਰਕਾਰ ਨੇ ਜ਼ਬਤ ਕੀਤੀ ਹੈ ਇਹ ਕਿਹੜੇ ਇਦਾਂ ਦੇ ਸੁਨਹਿਰੀ ਕੰਮ ਕਰਦੇ ਸੀ ਜਿਹੜੇ ਜ਼ਮੀਨ ਨੂੰ ਜ਼ਬਤ ਕਰਨਾ ਪੈ ਗਿਆ ਜੀ ਇੱਥੇ ਇੱਕ ਠੱਗੀ ਹੋਈ ਹੈ ਅਸੀਂ 1970 71 ਤੋਂ ਚਿੱਟ ਫੰਡ ਕੰਪਨੀਆਂ ਦਾ ਰੋਲਾ ਪੈਂਦੇ ਵੇਖਦੇ ਸਾਂ 1988-92 ਚ ਅੰਮ੍ਰਿਤਸਰ ਚ ਇੱਕ ਪ੍ਰਭਾਤ ਚਿੱਟ ਫੰਡ ਕੰਪਨੀ ਸੀ। ਉਹਨਾਂ ਨੇ ਸਾਲਾਨਾ ਸਵਾਗਤ ਕੀਤਾ ਜਿੰਨੇ ਸਿਵਲ ਦੇ, ਜਿੰਨੇ ਪੁਲਿਸ ਦੇ, ਜਿੰਨੇ CRP ਦੇ, ਜਿੰਨੇ BSF ਦੇ ਅਫਸਰ ਆ। ਉਹਨਾਂ ਸਾਰਿਆਂ ਵਾਸਤੇ ਗਿਫਟ ਕੱਢੇ ਗਏ। ਲੋਕੀ ਹੈਰਾਨ ਸੀ ਕਿ ਇਸ ਕੰਪਨੀ ਕੋਲ ਇੰਨਾ ਪੈਸਾ ਆ ਗਿਆ ਕਿ ਇਹਨੇ ਮੋٹے ਗਿਫਟ ਦੇ ਰਹੇ। ਫਿਰ ਇੱਕ ਦਿਨ ਅਚਾਨਕ ਉਹ ਕੰਪਨੀ ਤਾਲੇ ਲਾ ਕੇ ਬਾਹਰ ਚਲੀ ਗਈ। ਸਟਾਫ ਸਵੇਰੇ ਆ ਕੰਮ ਤੇ ਤੇ ਸਟਾਫ ਨੂੰ ਉੱਥੇ ਦਰਵਾਜ਼ੇ ਤਾਲੇ ਲੱਗੇ ਦੇਖੇ। ਲੋਕਾਂ ਚ ਭਗਦਰ ਮੱਤ ਕੇ ਲੋਕ ਤਾਲੇ ਤੋੜ ਕੇ ਅੰਦਰ ਵਰਗੇ ਕੋਈ ਫ੍ਰਿਜ ਚੁੱਕ ਕੇ ਲੈ ਗਿਆ ਕੋਈ ਟੀਵੀ ਚੁੱਕ ਕੇ ਲੈ ਗਿਆ ਉਹ ਲੱਖਾਂ ਦਾ ਨਹੀਂ ਕਰੋੜਾਂ ਦਾ ਘਟਾਲਾ ਕਰਕੇ ਭੱਜੇ ਸੀ ਤੇ ਜਿਹੜੇ ਅਫਸਰਾਂ ਨੇ ਥੋੜੇ ਦਿਨ ਪਹਿਲਾਂ ਉਹਨਾਂ ਤੋਂ ਗਿਫਟ ਲਿਆ ਸੀ ਉਹ ਮੋਲ ਮੋਲ ਕਾਉਂਦੇ ਫਿਰਦੇ ਸੀ ਉਦੋਂ ਬਾਅਦ ਇੱਕ ਸਿਆਲ ਕੰਪਨੀ ਨੇ ਇਹੋ ਕੁਝ ਕੀਤਾ ਉਹ ਪਤਾ ਨਹੀਂ ਹਾਰਡ ਸਿਆਲ ਸਾਰਾ ਕੁਝ ਹੁੰਜ ਕੇ ਲੈ ਗਈ ਉਦੋਂ ਬਾਅਦ ਇੱਕ ਅੰਡੋ ਕੈਨੇਡੀਨ ਨਾਲ ਆ ਗਏ ਉਹਨਾਂ ਨੇ ਆਪਣੇ ਸਾਰੇ ਜਿਹੜੇ ਫਾਈਨੈਂਸ ਦੇ ਦਫ਼ਤਰ ਚ ਸਾਰਿਆਂ ਚ ਕਰਨਲ ਬਿਠਾਏ ਸੀ ਪੌਜ ਦੇ ਰਿਟਾਇਰਡ ਤੇ ਆਪ ਪੈਸਾ ਹੁੰਜ ਕੇ ਚਲੇ ਗਏ ਤੇ ਉਹ ਕਰਨਲ ਵਿਚਾਰੇ ਲੋਕਾਂ ਸਾਹਮਣੇ ਜੋੜ ਜੋੜ ਕੇ ਕਹਿੰਦੇ ਸੀ ਸਾਡਾ ਕੋਈ ਕਸੂਰ ਨਹੀਂ ਹੈ ਕੀ ਕਰੀਏ ਇਹਦੇ ਤੋਂ ਬਾਅਦ ਪਰਲ ਗ੍ਰੀਨ ਆ ਗਈ ਪਰਲ ਗ੍ਰੀਨ ਵਾਲੇ ਭੰਗੂ ਨੇ ਜੋ ਕੁਝ ਕੀਤਾ ਨਿਰਮਲ ਸਿੰਘ ਨੇ ਸਾਰਿਆਂ ਨੂੰ ਪਤਾ ਜੀ ਇਸੇ ਤਰ੍ਹਾਂ ਦੀ ਇਹ ਗੋਲਡਨ ਫਾਰੈਸਟ ਸੀ ਜਿਹਦੀ ਜਮੀਨ ਜਮੂਨਾ 26 ਪਿੰਡਾਂ ਚ ਰੜਾ ਕੇ ਕੁੱਲ ਮਿਰਖਲ 1800 ਜਾਂ 1843 ਏਕੜ ਜ਼ਮੀਨ ਹੈ ਜਿਹੜੀ 26 ਪਿੰਡਾਂ ਚ ਜ਼ੀਰਕਪੁਰ ਡੇਰਾ ਬੱਸੀ ਇਹਦੇ ਨੇੜੇ-ਨੇੜੇ ਸਾਰੇ ਦੇ ਸਾਰੇ ਮੁਹਾਲੀ ਜ਼ਿਲ੍ਹਾ ਜੀ ਨੂੰ ਸਾਬ ਜਦਾ ਅਜੀਤ ਸਿੰਘ ਨਗਰ ਕਹਿੰਦੇ ਆ। ਉਸ ਜ਼ਿਲ੍ਹੇ ਚ ਆ। ਉੱਥੇ ਕੋਈ ਜ਼ਮੀਨ ਇਹੋ ਜੀ ਆ ਜਿਹਦਾ 1 ਕਰੋੜ ਰੁਪਇਆ ਕਿਲੇ ਦਾ ਮੁੱਲ ਆ ਕੋਈ ਇਹੋ ਜੀ ਦਾ 2 ਕਰੋੜ ਆ ਕੋਈ ਇਹੋ ਜੀ ਜਿਹਦਾ 3 ਕਰੋੜ ਆ। ਜਿਹੜੀ ਖਾਸ ਥਾਂ ਤੇ ਉਹਦਾ 5 ਕਰੋੜ ਰੁਪਇਆ ਕਿਲੇ ਦਾ ਵੀ ਆ। ਜੀ। ਇੰਨੀਆਂ-ਨੀਆਂ ਮਹਿੰਗੀਆਂ ਜ਼ਮੀਨਾਂ ਨੇ। ਉਹ ਮਾਲਕੇ ਬੈਠੇ ਆ ਦੇ ਨੀ ਸਿਰੇ ਤੇ ਹੁਣ ਸਰਕਾਰ ਨੇ ਸਖਤੀ ਕੀਤੀ ਆ। ਕਿ ਪੈਸਾ ਵਸੂਲਣਾ ਆਰਡਰ ਹੈਗੇ ਸੀ। ਡਿਪਟੀ ਕਮਿਸ਼ਨਰ ਦੇ ਆਰਡਰ ਐਸ ਡੀ ਐਮ ਨੂੰ ਨਾਲ ਭੇਜਿਆ ਗਿਆ। ਤੇ ਉਹਨਾਂ ਨੇ ਕੱਲ ਇੱਕ ਥਾਂ ਤੇ ਜਾ ਕੇ 275 ਏਕੜ ਜ਼ਮੀਨ ਜਿਹੜੀ ਆ ਉਹ ਕਬਜ਼ੇ ਚ ਲਈ 275 ਏਕੜ ਦਾ ਮੁੱਲ ਪੰਜਾਬੀ ਚ ਕਮਾਂ ਤੇ ਪੌਣੇ 300 ਏਕੜ ਜ਼ਮੀਨ ਉਹਨਾਂ ਛੜਾਈ ਆ ਜੇ ਪੌਣੇ 300 ਏਕੜ ਛੜਾਈ ਆ ਤੇ ਇਹਦਾ ਮਤਲਬ ਇਹ ਆ ਕਿ ਜੇ ਪੌਣੇ 1500 ਏਕੜ ਜ਼ਮੀਨ ਹੋਰ ਹੈ ਜਿਹੜੀ ਉਹਨਾਂ ਕੋਲ ਪਈ ਆ ਉਹਦੀ ਪੌਣੇ 1500 ਏਕੜ ਆ ਜਿੱਥੇ-ਜਿੱਥੇ ਪਈ ਔਰ ਆ 526 ਪਿੰਡਾਂ ਚ ਔਰ ਪ੍ਰਾਈਮ ਲੈਂਡ ਆ ਜਿਹੜੀ ਬਹੁਤ ਮਹਿੰਗੀ ਆ ਉਹ ਸਾਰੀਆਂ ਜ਼ਮੀਨਾਂ ਛੜਾਈਆਂ ਜਾਣੀਆਂ ਚਾਹੀਦੀਆਂ ਨੇ ਛੜਾਈਆਂ ਨਹੀਂ ਜਾ ਰਹੀਆਂ ਇਹ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿੰਨਾ ਜਿਨ੍ਹਾਂ ਨੇ ਤੁਹਾਡੇ ਨਾਲ ਠੱਗੀਆਂ ਮਾਰੀਆਂ ਤੁਹਾਡਾ ਪੈਸਾ ਲੁੱਟ ਕੇ ਲੈ ਗਏ ਇੱਥੋਂ ਤੱਕ ਕਿ ਕਿਉਂ ਬਹਿਤ ਕਹਿੰਦੇ ਜਿਨ੍ਹਾਂ ਨੇ ਪਿਛਲਿਆਂ ਨੇ ਭਾਵੇਂ ਕੋਈ ਹੜ੍ਹ ਸਿਆਲ ਹੋਵੇ ਤੇ ਭਾਵੇਂ ਕੋਈ ਇੰਡੋਕਨੇਡੀਆ ਹੋਵੇ ਤੇ ਭਾਵੇਂ ਕੋਈ ਇੰਡੋ-ਆਸਟ੍ਰੇਲੀਆ ਹੋਵੇ ਜਿਹੜਾ ਮਰਜ਼ੀ ਹੋਵੇ ਜਿਨ੍ਹਾਂ ਨੇ ਕਹਿੰਦੇ ਵੀ ਕੋਈ ਹੋਜੀ ਠੱਗੀ ਥੋੜੀ ਕੀਤੀ ਹੋਵੇ ਉਹਨਾਂ ਸਾਰਿਆਂ ਦਾ ਸ਼ਿਕੰਜਾ ਕਸਣਾ ਚਾਹੀਦਾ ਆ ਖਾਸ ਕਰਕੇ ਪਰਲ ਗ੍ਰੀਨ ਵਾਲਾ ਜਿਹੜਾ ਨਰਮਲ ਸੋ ਭੰਗੂ ਇਹ ਤਾਂ ਆ ਕਾਲੀ ਸਰਕਾਰ ਦੇ ਵੇਲੇ ਤੋਂ ਆ ਸਰਕਾਰ ਇਹਨੂੰ ਫੜਦੀ ਆ ਜੇਲ੍ਹ ਚ ਲੈ ਜਾਂਦੇ ਉੱਥੇ ਜਾਂਦਿਆ ਸਾਰੀ ਡਾਕਟਰ ਤਿਆਰੀ ਕਰਦਾ ਹੁੰਦਾ ਵੀ ਆਓ ਜੀ ਮੈਂ ਪੱਤੀ ਤੇ ਲਿਖਾਂ ਬੰਦਾ ਬਹੁਤ ਬਿਮਾਰ ਆ ਫਟਾਫਟ ਫਾਈਵ ਸਟਾਰ ਹਸਪਤਲ ਚ ਲੈ ਜਾਓ ਤੇ ਫਾਈਵ ਸਟਾਰ ਹਸਪਤਲ ਚ ਜਾ ਕੇ ਤੇ ਇਹਨੂੰ ਰੱਖਣ ਦੇ ਉੱਪਰ ਇਲਾਜ ਕਰਨ ਦੀ ਲੋੜ ਨਹੀਂ ਇਹਨੂੰ ਵੀ ਆਈਪੀ ਸੂਟ ਦੇ ਦਿਓ ਜਿੱਥੇ ਆਪਣਾ ਦਫ਼ਤਰ ਚਲਾਵੇ ਆਪਣੇ ਪਰਿਵਾਰ ਦੇ ਜੀਆਂ ਨਾਲ ਰਹਿ ਸਕੇ ਦੋ ਤਿੰਨ ਕਮਰੇ ਦਾ ਸੂਟ ਦੇ ਦਿੰਦੇ ਆ ਜੀ ਐਸ ਕਰਦਾ ਪਿਆ ਉਹਨਾਂ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੂੰ ਤੇ ਪੈਸਾ ਚਾਹੀਦਾ ਸਾਡਾ ਪ੍ਰਾਈਮ ਏਸ਼ੀਆ ਦਾ ਇੱਕ ਦਿਨ ਇੱਕ ਸਟਾਫ ਮੈਂਬਰ ਬਿਮਾਰ ਹੋ ਗਿਆ ਮੜੀ ਜੀ ਪੈਰ ਤੇ 60 ਸੀ ਰਾਤ ਦਾਖਲ ਕਰਾਤਾ ਸਵੇਰ ਤੱਕ 35-36000 ਰੁਪਇਆ ਬਿੱਲ ਬਣ ਗਿਆ ਜਦੋਂ ਮੈਂ ਬਿੱਲ ਪੜਨ ਲੱਗਾ ਤੇ ਅਸੀਂ ਵੇਖ ਕੇ ਹੱਸ ਪਏ 3800 ਕੇ 3900 ਰੁਪਇਆ ਇੱਕ ਰਾਤ ਦੀ ਉਹਦੀ ਖੁਰਾਕ ਹੀ ਲਿਖੀ ਤੇ ਦਿੱਤਾ ਉਹਨੂੰ ਕੀ ਖਿਚੜੀ ਤੇ ਦੋ ਕੱਪ ਚਾਹ ਦਿੱਤੇ ਇੱਕ ਬ੍ਰੈਡ ਦਾ ਪੀਸ ਤੇ 383900 ਰੁਪਇਆ ਬਿੱਲ ਬਣਾਤਾ ਜਦੋਂ ਅਸੀਂ ਲੜੇ ਮੇਰ ਕਦੇ ਅੱਧਾ ਦੇ ਦੇ ਫਿਰ ਆਖੇ ਨਹੀਂ ਅੱਧੇ ਤੋਂ ਵੀ ਅੱਧੇ ਹੌਲੀ ਹੌਲੀ ਹਾਰ ਕੇ ਕਹਿੰਦੇ ਤੁਸੀਂ ਖੜਾ ਛਡੋ ਜੀ ਤੁਸੀਂ ਲੈ ਜਾਓ ਜੀ ਤੇ 24 ਘੰਟਿਆਂ ਬਾਅਦ ਉੱਥੋਂ ਮਰੀਜ਼ ਉਠਾ ਲਿਆ ਸੀ ਉਹ ਜਿਹੜੇ ਇਹੋ ਜਿਹੇ ਹਸਪਤਾਲਾਂ ਵਾਲੇ ਆ ਉਹਨਾਂ ਕੋਲ ਨਿਰਮਲ ਸੋ ਭੰਗੂ ਵਰਗੇ ਜਿਹੜੇ ਜਾ ਕੇ ਦੇ ਪੰਜਾਬ ਸਰਕਾਰ ਨੂੰ ਚਾਹੀਦਾ ਸਖਤੀ ਕਰੇ ਔਰ ਸਖਤੀ ਕਰਕੇ ਨਾ ਤੋਂ ਜਿੰਨਾ ਕ ਲੁੱਟਦਾ ਪੈਸਾ ਵਾਪਸ ਕਰਾਵੇ ਲੋਕ ਡੀਗਦੇ ਪਏ ਤੁਸੀਂ ਵਾਦਾ ਕਰਕੇ ਆਏ ਸੀ ਜੇ ਵਾਦੇ ਅਮਲ ਨਾ ਕੀਤਾ ਜੇ ਲੋਕਾਂ ਦਾ ਪੈਸਾ ਵਾਪਸ ਨਾ ਆਇਆ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਆ ਰਹੀਆਂ ਲੋਕ ਤਰਫੋਂ ਮੜਮੜ ਕੇ ਪੁੱਛਣਗੇ ਇਸ ਕਰਕੇ ਕਾਰਵਾਈ ਸਖਤ ਕਰੋ ਲੋਕ ਡੀਕਦੇ ਪਏ ਬਹੁਤਾ ਨਹੀਂ ਦੇਖ ਸਕਦੇ ਬਿਲਕੁਲ ਪੁਲਿਸ ਸਾਹਿਬ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਵੀ ਹੈ ਗੱਲ ਕਰਨੀ ਹੈ ਪੁਲਿਸ ਸਾਹਿਬ ਅੰਗਲੀ ਸultanpur ਲੋਧੀ ਦੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਿਹੰਗਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਿਹੰਗ ਜਥੇਬੰਦੀਆਂ ਆਪਸ ਦੇ ਵਿੱਚ ਫਸੀਆਂ ਉਸੇ ਦੌਰਾਨ ਪੁਲਿਸ ਮੁਲਾਜ਼ਮ ਇੱਕ ਹੋਮਗਾਰਡ ਦਾ ਸੀ ਉਹਦੀ ਮੌਤ ਹੋ ਜਾਂਦੀ ਹੈ ਘਟਨਾ ਸ਼ਾਮ ਤੱਕ ਚੱਲਦੀ ਰਹੀ ਅਸੀਂ ਵੀ ਦੇਖਦੇ ਪਏ ਸੀ ਕਿ ਕੀ ਖਬਰਾਂ ਆਉਂਦੀਆਂ ਨੇ ਪੂਰਾ ਮਾਮਲਾ ਕੀ ਸੀਗਾ ਆਖਰ ਵਿੱਚ ਕਿੱਥੇ ਗੱਲ ਮੁਕਤੀ ਆ ਜੀ ਦੇਖੋ ਇੱਕ ਧਰਮਸਥਾਨਾਂ ਦੇ ਉੱਤੇ ਕਬਜ਼ਿਆਂ ਦੀ ਲੜਾਈ ਬਹੁਤ ਪੁਰਾਣੀ ਹੈ ਅੱਜ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉੱਥੇ ਵੀ ਤੇ ਲੜਾਈ ਹੋਈ ਹੂੰ ਜੀ ਤਿੰਨ ਚਾਰ ਗੁਰਦੁਆਰਾ ਤੇ ਉਹਨੇ ਕਬਜ਼ਾ ਕਰ ਲਿਆ ਬਾਕੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਟਰੱਕਾਂ 'ਚ ਭਰ ਕੇ ਆਪਣੇ ਬੰਦੇ ਭੇਜ ਤੇ ਪਬਲਿਕ ਸਾਧ ਲਈ ਇਹਨਾਂ ਰੋਕ ਲਿਆ ਆ ਫਿਰ ਫੈਸਲਾ ਹੋਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਤੱਕ ਜਿੱਥੇ ਤੁਹਾਡਾ ਕਬਜ਼ਾ ਤੁਸੀਂ ਦੇਖੋ ਜੀ ਸਾਡਾ ਕਬਜ਼ਾ ਤੁਸੀਂ ਦੇਖੋ ਗਲਤ ਗੋਲ ਕਾਂ ਦੀ ਸੀ ਹੂੰ ਇਦਾਂ ਦੀ ਇੱਥੇ ਕਿੱਤੇ ਕਿੰਨਿਆ ਥਾਵਾਂ ਤੇ ਲੜਾਈ ਹੋਈ ਸਾਡੇ ਧਰਮਸਥਾਨਾਂ ਦੇ ਇੱਥੇ ਜਲੰਧਰ ਚ ਦੋ ਤਿੰਨ ਥਾਵਾਂ ਤੇ ਲੜਾਈਆਂ ਹੋ ਚੁੱਕੀਆਂ ਨੇ ਤੇ ਕੱਲੇ ਸਿੱਖ ਧਰਮਸਥਾਨਾਂ ਚ ਨਹੀਂ ਹਿੰਦੂ ਧਰਮਸਥਾਨਾਂ ਚ ਵੀ ਕਈ ਵਾਰ ਲੜਾਈਆਂ ਹੋਈਆਂ ਨੇ ਦੂਸਰਾਂ ਤੇ ਵੀ ਹੋਈਆਂ ਨੇ ਬਿਲਕੁਲ ਕਮਜਿਆਂ ਦੀਆਂ ਲੜਾਈਆਂ ਬਹੁਤ ਦੂਰ ਤੱਕ ਜਾਂਦੀਆਂ ਸਾਡੇ ਜਿਹੜੇ ਸਿੱਖ ਧਰਮ ਨਾਲ ਜੁੜੀ ਇਹ ਜਿਹੜੀ ਲੜਾਕਾ ਫੌਜ ਇਤਿਹਾਸ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਸਵੇਂ ਪਾਤਸ਼ਾਹ ਦੀ लाਡਲੀ ਫੌਜ ਕਹਿੰਦੇ ਆ ਇਹ ਨਿਹੰਗ ਸਿੰਘ ਕਈਆਂ ਥਾਵਾਂ ਤੇ ਲੋਕਨਾਲ ਵੀ ਕਦੇ-ਕਦੇ ਕਦੇ ਝਗੜ ਪੈਂਦੇ ਜਮੀਨ ਦੇ ਕਬਜ਼ੇ ਤੋਂ ਆਪੋ ਵਿੱਚ ਬੜਿਆ ਥਮਾ ਤੇ ਲੜਿਆ ਕੋੜਕਪੁਰੇ ਲੱਗੇ ਵੀ ਆਪੋ ਤੇ ਲੜੇ ਸੀ ਗੋਲੀ ਚੱਲ ਗਈ ਸੀ ਹੁਣ ਇੱਥੇ ਸੁਲਤਾਨਪੁਰ ਲੋਧੀ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਉਹਦੇ ਉੱਤੇ ਪਹਿਲਾਂ ਇੱਕ ਦਲ ਦਾ ਕਬਜ਼ਾ ਹੁੰਦਾ ਸੀ ਪਰ ਦੂਸਰੇ ਦਾ ਹੋ ਗਿਆ ਪਿਛਲੀ ਸਰਕਾਰ ਜਿਹੜੀ ਸੀ ਉਹਦੇ ਵਕਤ ਨਿਹੰਗ ਸਿੰਘਾਂ ਦੇ ਦਲਾਂ 'ਚੋਂ ਸਭ ਤੋਂ ਵੱਡਾ ਦਲ ਬੁੱਢਾ ਦਲ ਜਦੋਂ ਇਤਿਹਾਸ ਦੇ ਵਿੱਚ ਇੱਕ ਮੌਕੇ ਸਾਰੇ ਸਿੱਖ ਜੰਗਲਾ ਚ ਰਿੰਦੇ ਹੁੰਦੇ ਸੀ ਉਦੋਂ ਇਹਨਾਂ ਚ ਵੰਡ ਪਾ ਕੇ ਦੋ ਹਿੱਸੇ ਕਰ ਦਿੱਤੇ ਗਏ ਸੀ ਇੱਕ ਬੁੱਢਾ ਦਲ ਦੂਸਰਾ ਤਰਨਾ ਦਲ ਬਹੁਤੇ ਲੋਕ ਤਰਨਾ ਦਲ ਨੂੰ ਜੇ ਪੁੱਛੋ ਤੇ ਕਹਿੰਦੇ ਤਰਦਾ ਫਿਰਦਾ ਦਲ ਤਰਦਾ ਫਿਰਦਾ ਨਹੀਂ ਹਿੰਦੀ ਦਾ ਲਫ਼ਜ਼ਾ ਤਰुण ਜਵਾਨ ਤਰਨਾ ਦਲ ਦਾ ਮਤਲਬ ਵੀ ਇੱਕ ਬੁੱਢਾ ਜਵਾਨ ਜੀ ਚ ਹੋਸ਼ਮੰਦ ਫੈਸਲੇ ਕਰਨ ਵਾਲੇ ਬੈਠਦੇ ਆ ਉਹ ਸੀਨੀਅਰ ਗਨੇ ਜਾਂਦੇ ਆ ਦੂਸਰੇ ਜਵਾਨ ਲੜਾਕਾ ਫੌਜ ਜਿਹੜੇ ਜੰਗਾ ਚ ਸਿੱਧਾ ਸਿੱਜਣ ਵਾਸਤੇ ਜਾਂਦੀ ਸੀ ਉਹ ਦੋ ਦਲ ਬਣੇ ਸੀ ਅੱਜ ਦੀ ਤਰੀਕ ਤੱਕ ਵੀ ਬੁੱਢਾ ਦਲ ਜਿਹੜਾ ਬਾਬਾ ਬਲਬੀਰ ਸਿੰਘ ਵਾਲਾ ਉਹਨਾਂ ਨੂੰ ਬਾਕੀ ਦਲਾਂ ਦਾ ਮੁਖੀ ਗਿਣਾ ਜਾਂਦਾ। ਇਸ ਗੁਰਦੁਆਰਾ ਸਾਹਿਬ ਦੇ ਉੱਤੇ ਹੁਣ ਤੱਕ ਕੰਟਰੋਲ ਉਹਨਾਂ ਦਾ ਸੀ। ਅਸੀਂ ਪਹਿਲਾਂ ਵੇਖਿਆ ਵਾ ਮਾਝੇ ਦੇ ਵਿੱਚ ਬਾਬਾ ਬੀਚੰਦ ਦਲ ਦੇ ਵਿੱਚ ਵੀ ਪਿਛਲੇ ਬਾਬਾ ਜੀ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ ਦੋ ਜਣੇ ਮੁਖੀ ਉਹਨਾਂ ਦੇ ਪਰਿਵਾਰ ਚੋਂ ਬਣ ਕੇ ਗੋਲੀ ਤੇ ਉੱਥੇ ਵੀ ਚੱਲੀ ਸੀ। ਕਈਆਂ ਤੋਂ ਬਾਅਦ ਚੱਲਦੀਆਂ ਰਹੀਆਂ। ਹੁਣੇ ਜਦੋਂ ਪਤਾ ਲੱਗਾ ਬਾਬਾ ਬਲਬੀਰ ਸੋਹਰੀ ਬੁੱਢਾ ਦਲ ਲੈ ਕੇ ਤੇ ਮਹਾਰਾਸ਼ਟਰ ਗਏ ਨੇ ਤਖਤ ਹਜੂਰ ਸਾਹਿਬ ਉੱਥੇ ਉਹਨਾ ਮੁਹੱਲਾ ਕਢਨਾ ਤੇ ਦੂਸਰੇ ਦਲ ਵਾਲਿਆਂ ਨੇ ਕਬਜ਼ਾ ਕਰ ਲਿਆ ਕਬਜ਼ਾ ਛਡਾਉਣ ਦੀ ਪੁਲਿਸ ਗਈ ਹੁਣ ਕਹਿੰਦੇ ਜੀ ਪੁਲਿਸ ਕਿਉਂ ਗਈ ਪੁਲਿਸ ਕਾਂਗਰਸੀ ਸਰਕਾਰ ਚ ਵੀ ਗਈ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਜਾਵੜੀ ਸੀ ਹੁਣ ਤੱਕ ਰੋਲਾ ਪੈਂਦਾ ਅਕਾਲੀ ਸਰਕਾਰ ਵੇਲੇ ਵੀ ਬਣੀ ਗਈ ਸੀ ਸਜੀਸੋ ਬਰਨਾਲੇ ਦੀ ਸਰਕਾਰ ਵੇਲੇ ਵੀ ਗਈ ਸੀ ਹੁਣ ਇਹਦਾ ਵਕਤ ਵੀ ਚਲੀ ਗਿਆ ਨੌਬਤ ਹੀ ਕਿਉਂ ਆਉਂਦੀ ਇਹ ਮਾਮਲੇ ਬਾਹਰ ਦੇ ਬਾਹਰ ਨਿਵੇੜੇ ਜਾਣੇ ਚਾਹੀਦੇ ਨੇ ਨਿਵੇੜੇ ਉੱਥੇ ਜਿਹੜਾ ਇੱਕ ਹੋਮਗਾਰਡ ਵਾਲਾ ਮਾਰਿਆ ਗਿਆ ਉਹਦਾ ਬਾਪ ਵੀ ਇਸੇ ਤਰ੍ਹਾਂ ਪੁਲਿਸ ਦੀ ਡਿਊਟੀ ਕਰਦਾ ਮਾਰਿਆ ਗਿਆ ਸੀ ਪਹਿਲਾਂ ਬਾਪ ਮਾਰਿਆ ਗਿਆ ਹੁਣ ਇਹ ਮਾਰਿਆ ਗਿਆ ਦੋਰੀ ਟੈਸਟ ਯੋਨਾ ਵਾਸਤੇ ਇੱਕ ਟਕਮਾ ਹੋਣੀ ਨਹੀਂ ਚਾਹੀਦੀਆਂ ਬਦਕਿਸਮਤ ਹੁੰਦੀਆਂ ਅੱਜ ਪਤਾ ਲੱਗਾ ਕੋਈ ਕੋਈ ਸਮਝੌਤਾ ਹੋ ਗਿਆ ਦੋਵੇਂ ਤਰਫ ਪਿੱਛੇ ਹਟ ਗੀਆਂ ਨੇ ਤੇ ਇਸ ਵੇਲੇ ਸਥਿਤੀ ਉੱਤੇ ਸ਼ਾਂਤ ਹੈ ਆਸ ਰੱਖਣੀ ਚਾਹੀਦੀ ਅੱਗੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਆਉਂਦਾ ਪਿਆ ਕੋਈ ਮਾੜੀ ਘਟਨਾ ਨਾ ਹੋਵੇ ਸਾਰਿਆਂ ਨੂੰ ਸ਼ਾਂਤ ਰਹਿਣਾ ਚਾਹੀਦਾ ਜੀ ਪਰ ਸਰ ਜਾਨਦਿਆਂ ਦੀ ਗੱਲ ਮੁਹਮਮਦ ਇਤਰਾਦੀ ਵੀ ਕਰਨੀ ਹੈ ਕਿਉਂਕਿ ਉਸ ਕੇਸ ਦੇ ਵਿੱਚ ਸਾਹਮਣੇ ਆ ਰਿਹਾ ਕਿ ਕਈ ਪੱਖ ਨਿਕਲ ਕੇ ਸਾਹਮਣੇ ਆ ਰਹੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਚ ਵੀ ਸਕਦਾ ਸ਼ਾਇਦ ਸਜ਼ਾ ਵੀ ਨਾ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਵੀ ਨਾ ਹੋਵੇ ਤੁਹਾਨੂੰ ਲੱਗਦਾ ਜੇ ਇਦਾਂ ਹੋ ਸਕਦਾ ਉਹਦੇ ਉੱਤੇ ਜਿਹੜਾ ਕੇਸ ਬਣਾਇਆ ਗਿਆ ਕਿ ਪੈਸੇ ਲੈ ਕੇ ਪਾਰਲੀਮੈਂਟ 'ਚ ਸਵਾਲ ਪੁੱਛਿਆ ਜੇ ਇਹ ਕੇਸ ਬਣੇ ਤੇ ਇਹਦੇ ਤੋਂ ਪਹਿਲਾਂ ਭਾਜਪਾ ਦੇ ਕੁਝ ਲੋਕਾਂ ਤੇ ਵੀ ਇਹੋ ਜਿਹਾ ਕੇਸ ਬਣ ਚੁੱਕੇ ਹਨ ਉਹਨਾਂ 'ਚੋਂ ਕੁਝ ਲੋਕ ਪਾਰਲੀਮੈਂਟ 'ਚ ਕੱਢੇ ਗਏ ਤੇ ਕੁਝ ਬਾਰੇ ਆਖਿਆ ਗਿਆ ਬਾਹਰ ਦੀ ਗੱਲ ਹੈ ਇੱਥੇ ਅੰਦਰ ਕਾਰਵਾਈ ਨਹੀਂ ਕਰਨੀ ਚਾਹੀਦੀ ਤੇ ਜੇ ਉਹਨਾਂ ਤੇ ਨਹੀਂ ਹੋਈ ਤੇ ਇੱਥੇ ਵੀ ਉਹ ਰੂਲ ਲਾਗੂ ਹੋ ਜੀ ਦੂਸਰੀ ਗੱਲ ਏ ਇਹ ਤੇ ਕੇਸ ਬਣਦਾ ਕਿ ਇਹਨੇ ਆਪਣੀ ਜਿਹੜੀ ਪਾਰਲੀਮੈਂਟ ਮੈਂਬਰ ਵਾਲੀ ਈਮੇਲ ਉਹਦੀ ਆਈਡੀ ਉਹਦਾ ਪਾਸਵਰਡ ਕਿਸੇ ਤੀਸਰੇ ਬੰਦੇ ਨੂੰ ਦਿੱਤਾ ਸੀ ਇਹ ਭਾਰਤ ਵਿੱਚ ਬੈਠੀ ਸੀ ਤੇ ਉਹਦਾ ਪਾਸਵਰਡ ਉਹ ਉਹਦੇ ਡਿਵਾਈਸ ਡਿਵਾਈਸ ਤੇ ਬੈਠੇ ਖੋਲਦੇ ਰਹੇ ਜੀ ਕੱਲ ਪਾਰਲੀਮੈਂਟ ਨੇ ਇੱਕ ਹਦਾਇਤ ਜਾਰੀ ਕੀਤੀ ਹੈ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਕਿ ਤੁਸੀਂ ਆਪਣਾ ਪਾਸਵਰਡ ਕਿਸੇ ਨੂੰ ਨਾ ਦਿਓ ਉਦੋਂ ਪਤਾ ਲੱਗਾ ਕਿ ਅਜੇ ਤੱਕ ਕਦੇ ਕੋਈ ਵੀ ਹਦਾਇਤ ਹੀ ਨਹੀਂ ਸੀ ਮੋਵਾ ਮੋਤਰਾ ਕਹੇ ਕਿ ਜਦੋਂ ਇਹ ਹਦਾਇਤ ਹੀ ਨਹੀਂ ਸੀ ਕਿ ਇਹਨੂੰ ਈਮੇਲ ਪਾਸਵਰਡ ਦੇਣਾ ਕਿ ਨਹੀਂ ਦੇਣਾ ਤੇ ਮੈਂ ਦੇ ਦਿੱਤਾ ਤੁਸਾਂ ਮੈਨੂੰ ਰੋਕਾਂਦਾ ਤੇ ਮੈਂ ਪਾਸਵਰਡ ਨਾ ਦੇ ਦਿੰਦਾ ਦੂਜੀ ਗੱਲ ਇਹ ਉਹ ਕਹਿੰਦੇ ਜੀ ਸੀਕਰੇਟਸ ਦਾ ਪਾਰਲੀਮੈਂਟ ਮੈਂਬਰਾਂ ਦੀ ਗੁਪਤਤਾ ਉਹਨਾਂ ਦੇ ਭਰੋਸੇ ਦਾ ਸਵਾਲ ਹੈ ਇਹ ਭਰੋਸਾ ਤੋੜਿਆ ਜਿਹੜੀ ਇਥਿਕਸ ਕਮੇਟੀ ਚ ਉਹਦਾ ਕੇਸ ਲੱਗਾ ਤੇ ਜਿੱਥੋਂ ਉਹਨੂੰ ਪਾਰਲੀਮੈਂਟ ਤੋਂ ਕੱਢਣ ਦੀਆਂ ਸਪਾਰਸ਼ਾਂ ਹੋਣੀਆਂ ਉਹਦੇ ਬਾਰੇ ਵੀ ਰੂਲਸ ਵਿੱਚ ਲਿਖਿਆ ਕਿ ਉਹਦੇ ਅੰਦਰ ਦੀ ਕਾਰਵਾਈ ਕੋਈ ਵੀ ਬਾਹਰ ਆ ਕੇ ਨਹੀਂ ਦੱਸ ਸਕਦਾ ਤੇ ਜਿਹਨੇ ਮੋਵਾ ਮੋਹਿਤਰਾ ਦੇ ਖਿਲਾਫ ਸ਼ਿਕਾਇਤ ਕੀਤੀ ਉਹਨੇ ਆਪ ਹੀ ਬਾਹਰ ਆ ਕੇ ਟਵਿੱਟਰ ਤੇ ਕਹਿਤਾ ਕਿ ਮੋਵਾ ਮੋਹਿਤਰਾ ਜਿਹੜੀ ਆ ਉਹਦੇ ਨਾਲ ਆਸਬੰਦ ਥਾ ਕੋਈ ਜੋ ਅੰਦਰ ਸਾਰਾ ਕੁਝ ਹੋਇਆ ਸੀ ਬਲਕਿ ਕੁਝ ਚੀਜ਼ਾਂ ਫੈਸਲੇ ਤੋਂ ਵੀ ਪਹਿਲਾਂ ਉਹਨੇ ਕਰਤੀਆਂ ਉਹ ਕਹਿੰਦੇ ਜੇ ਮਊਆ ਮੋਹਿਤਰਾ ਕਰੇ ਤੇ ਉਹ ਤੇ ਗੁਪਤਤਾ ਭੰਗ ਕੀਤੀ ਤੇ ਜੋ ਇਹਨੇ ਕੀਤਾ ਨਿਯਮਾਂ ਦੇ ਮੁਤਾਬਕ ਭੰਗ ਕੀਤਾ ਮਊਆ ਮੋਹਿਤਰਾ ਨੇ ਉਹ ਕੀਤਾ ਜਿਹੜਾ ਨਿਯਮਾਂ 'ਚ ਕਿਤੇ ਨਹੀਂ ਲਿਖਿਆ ਕੀਤਾ ਉਹਨੇ ਪਹਿਲਾਂ ਤੇ ਨਿਯਮ ਤੁਸੀਂ ਬਾਅਦ 'ਚ ਲਾਗੂ ਕਰਦੇ ਪਿਆ ਤੇ ਉਸ ਵੇਦੋਂ ਤੇ ਪਤਾ ਸੀ ਨਿਯਮ ਕੀ ਨੇ ਤੇ ਉਹਨੇ ਇਹ ਕਿਉਂ ਕੀਤਾ ਹੁਣ ਜਾਂ ਤਾਂ ਉਹਨੂੰ ਵੀ ਬਰਾਬਰ ਤੇ ਕਰੋ ਦੋਵੇਂ ਹੀ ਕੱਢ ਦਿਓ ਇੱਕ ਨਾਲ ਇੱਕ ਜਾਣ ਦਿਓ ਇੱਕ ਨਾਲ ਇੱਕ ਫਰੀ ਹੁਣ ਉਹ ਹੋਣਾ ਨਹੀਂ ਕਿਉਂਕਿ ਮਾਈਟ ਇਜ਼ ਰਾਈਟ ਜਿਹਦੇ ਕੋਲ ਤਾਕਤ ਹੁੰਦੀ ਹੈ ਦੂਜੇ ਖਿਲਾਫ ਕਾਰਵਾਈ ਕਰ ਸਕਦਾ ਕਰਵਾ ਸਕਦਾ ਦੂਸਰੀ ਪਾਰਟੀ ਕੋਲ ਬਹੁਤ ਸੰਤਤੀ ਹੈ ਪਰ ਉਹ ਮੋਵਾ ਮੋਤਰਾ ਇਸ ਵੇਲੇ ਜਿੰਨੀ ਤੇਜ਼ੀ ਨਾਲ ਲੜ ਰਹੀ ਹੈ ਉਹ ਦੇਸ਼ ਦੇ ਲੋਕਾਂ ਕੋਲ ਵੀ ਘਟੋ ਘਟ ਬੰਗਾਲ ਦੇ ਲੋਕਾਂ ਕੋਲ ਇੱਕ ਸ਼ਹੀਦ ਦੇ ਤੌਰ ਤੇ ਮੈਂ ਲੜਾਈ ਲੜ ਕੇ ਆਈ ਹਾਂ ਪੇਸ਼ ਹੋਣਾ ਚਾਹੁੰਦੀ ਆ ਤੇ ਪਹਿਲਾਂ ਉਹਦੀ ਪਾਰਟੀ ਨੇ ਪੈਰ ਪਿਛੇ ਖਿੱਚਿਆ ਸੀ ਹੁਣ ਉਹਦੀ ਪਾਰਟੀ ਵੀ ਦੇ ਨਾਲ ਖਲੋਗੀ ਹੈ ਕਿਉਂਕਿ ਦੇ ਖਿਲਾਫ ਕੇਸ ਚੁੱਕ ਰਿਹਾ ਸੀ ਦੇਸ਼ ਦਾ ਵੱਡਾ ਇੰਡਸਟਰੀ ਗੋਤਮਾ ਦਾਨੀ ਉਹਨਾਂ ਨੇ ਗੋਤਵੰਦਾਲੀ ਅਡਾਨੀ ਦਾ ਇੱਕ ਪ੍ਰੋਜੈਕਟ ਰੱਦ ਕਰਤਾ ਉਹ ਪ੍ਰੋਜੈਕਟ ਉਹ ਤੋਂ ਕੋ ਕੇ ਕਿਸੇ ਹੋਰ ਨੂੰ ਦਿੱਤਾ ਅਮਬਾਨੀ ਪਰਿਵਾਰ ਨੂੰ ਦਿੱਤਾ ਰੇਲੈਂਸ ਨੂੰ ਇਹਦਾ ਮਤਲਬ ਇਹ ਹੈ ਕਿ ਉਹ ਸਰਕਾਰ ਵੀ ਮਗਵਾ ਮੋਹਿਤਰਾ ਦੇ ਨਾਲ ਖਲੋਗੀ ਇਹ ਕੇਸ ਦਿਲਚਸਪ ਹੋ ਗਿਆ ਇਹ ਨਵਾਂ ਮੋੜ ਆ ਗਿਆ ਮੇਰੇ ਕੋ ਕੀ ਹੁੰਦਾ ਜੀ ਪੰਸਰ ਸਮਾਹੋਰ ਇਜਾਜ਼ਤ ਨਹੀਂ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸਵੇਸਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਤੇ ਤਰੋ ਪ੍ਰਾਈਮੇਸ਼ਾ ਟੀਵੀ ਤੁਹਾਡ